ਉਹ ਕਹਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਸੀ, ਅਸੀਂ ਤਾਂ ਅੱਕ ਕੇ ਜਿਹੜਾ ਪਾਰਟੀਆਂ ਦੇ ਵਿੱਚ ਉੱਧਰ ਜਾ ਰਹੇ ਹਾਂ, ਸਾਨੂੰ ਉੱਥੇ ਧੱਕੇ ਨਾਲ ਬਿਨਾਂ ਕਸੂਰ ਤੋਂ ਹੀ ਬਾਦਲ ਸਾਹਿਬ ਜਾ ਕੇ ਭਾਂਡੇ ਮਜਵਾਈ ਜਾਂਦੇ ਸੀ। ਜੇ ਨਾ ਤੁਹਾਡੇ ਗਲੋਬਲ ਵਾਲਿਆਂ ਦੀ ਗੱਲ ਬਣਾਈ ਆ, ਉਹਨੂੰ ਮੀਡੀਆ ਨੂੰ ਸੋਚ ਕੇ ਚੱਲਣਾ ਚਾਹੀਦਾ। ਢੀਂਸਾ ਕਿਹਦੇ ਨਾਲ ਸੀ? ਸਭ ਤੋਂ ਵੱਡਾ ਸਲਾਹਕਾਰ ਪ੍ਰਕਾਸ਼ ਸਿੰਘ ਬਾਦਲ ਦਾ ਉਹ ਸੀ, ਉਹਨਾਂ ਦੀ ਮੁੱਛ ਦਾ ਬਾਪ, ਉਹ ਕਹਿ ਸਕਦਾ ਗੱਲ? ਪਰ ਮੈਂ ਹੈਰਾਨ ਹਾਂ ਤੁਹਾਡੇ ਮੀਡੀਆ 'ਤੇ, ਜਿਹਨਾਂ ਨੂੰ ਪਰਖ ਹੀ ਨਹੀਂ ਬੰਦਿਆਂ ਦੀ। ਜੇ ਮੋਗੇ ਦੇ ਰਹਿਣ ਵਾਲੇ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਬੰਦਿਆਂ ਨੇ ਚਾਰਾਂ ਨੇ ਮੀਟਿੰਗ ਕੀਤੀ ਆ, ਉਹਨਾਂ ਨੇ ਕਦੇ ਅਕਾਲੀ ਦਲ ਨੂੰ ਵੋਟਾਂ ਪਾਈਆਂ? ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬਾਦਲ ਸਾਹਿਬ ਨੇ, ਸੁਖਬੀਰ ਸਾਹਿਬ ਨੇ ਜਾਣ ਨਹੀਂ ਦਿੱਤਾ ਧਰਨਿਆਂ ਦੇ ਵਿੱਚ। ਇੱਥੋਂ ਤੱਕ ਕਿ ਸਰਸੇ ਵਾਲਿਆਂ ਦੇ ਪੋਸਟਰਾਂ ਦੀ ਪੁਲਿਸ ਰਾਖੀ ਕਰਦੀ ਸੀ ਅਤੇ ਸਿੱਖਾਂ ਨੂੰ ਕੁੱਟ ਕੁੱਟ ਕੇ ਅੰਦਰ ਦਿੱਤਾ ਜਾਂਦਾ ਸੀ। ਕਿਵੇਂ ਆ ਇਹ ਸੋਚਣਾ ਤੁਹਾਡੇ ਵਰਗੇ ਲਾਉਂਦੇ ਆ ਜਿਹੜੇ ਕਦਰ ਹੀ ਨਹੀਂ ਕਰਦੇ ਕਿ ਸੱਚੇ ਕੰਮ ਦੀ। ਜੋ ਅਕਾਲੀ ਦਲ ਨੇ ਵਿਕਾਸ ਕੀਤਾ, ਜੋ ਧਰਮ ਦੀ ਗੱਲ ਕੀਤੀ ਫਿਰ ਕੀਤੀ ਆ, ਜੋ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਲਈ ਕੀਤਾ, ਜਿਹੜੇ ਸਰਸੇ ਵਾਲੇ ਦੇ ਸਰਸੇ ਵਾਲੇ ਕੋਲ ਤਾਂ ਵੋਟਾਂ ਹੀ ਮੰਗਣ ਗਏ ਸੀ, ਕੀ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ? ਜਿਹੜੀ ਸਰਸੇ ਬਟੇ ਸਰਸਾ ਹਰੇਕ ਗੱਲ ਨੂੰ ਸਰਸਾ ਜੋੜ ਲਿਆ, ਸਾਡਾ ਸਰਸੇ ਨਾਲ ਕੀਤਾ ਹਲਕਾ, ਸਰਸੇ ਨੇ ਸਾਡਾ ਵਿਰੋਧ ਕੀਤਾ, ਕਾਂਗਰਸ ਨੂੰ ਵੋਟਾਂ ਪਾਈਆਂ, ਛੱਡਿਆ ਤਾਂ ਸੀ ਕਿਸੇ ਨੂੰ? ਅਸੀਂ ਤਾਂ ਅਕਾਲੀ ਦਲ ਨੂੰ ਠੀਕ ਕਰ ਰਹੇ, ਅਕਾਲੀ ਦਲ ਤਾਂ ਸਾਡੀ ਮਾਂ ਪਾਰਟੀ ਹੈ, ਜਿੰਦ ਜਾਨ ਹੈ ਜੀ। ਅਸੀਂ ਤਾਂ ਅਕਾਲੀ ਦਲ 'ਚ ਜੋ ਗਿਰਾਵਟ ਆਈ ਹੈ ਉਹਨੂੰ ਦੂਰ ਕਰ ਰਹੇ ਹਾਂ, ਛੱਡਿਆ ਇੱਕ ਤਾਂ ਜੀ 2015 'ਚ ਜਿਹੜਾ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਗਈ ਹੈ, ਉਹ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ ਗਿਆ ਜੀ। ਉਹ ਮਾਫ਼ੀ ਦੇਣ ਨਾਲ ਜਿੱਥੇ ਅਕਾਲੀ ਦਲ ਦਾ ਨੁਕਸਾਨ ਹੋਇਆ ਸੀ, ਉੱਥੇ ਸਾਡੇ ਤਖ਼ਤ ਸਾਹਿਬਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਿੱਖਾਂ ਨੂੰ ਕੁੱਟਿਆ ਜੀ, ਬਹਿਬਲ ਕਲਾਂ ਗੋਲੀ ਚਲਾ ਕੇ ਸਿੱਖ ਸ਼ਹੀਦ ਕੀਤੇ, ਉਹਦੀ ਬਜਾਏ ਕੋਈ ਗਲਤੀ ਮੰਨਣ ਦੇ ਨਾ ਸ੍ਰੀ ਖਾਲਸਾ ਸਾਹਿਬ ਜਾ ਕੇ ਵੀ ਸਾਥੋਂ ਗਲਤੀ ਹੋ ਗਈ ਆ, ਮਾਫ਼ ਕਰਨਾ, ਸਾਰਾ ਖੁਦਾ ਵੀ ਮਾਫ਼ ਕਰ ਦਿੰਦਾ, ਲੋਕ ਵੀ ਮਾਫ਼ ਕਰ ਦਿੰਦੇ, ਉੱਧਰ ਨੂੰ ਨਹੀਂ ਤੁਰਿਆ ਗਿਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਾਂਗੇ, ਕੋਈ ਕਾਰਨ ਦੱਸੋ ਨੋਟਿਸ ਨਹੀਂ ਜਾਰੀ ਕੀਤਾ, ਕਿਉਂਕਿ ਇਹ ਡਰਦੇ ਸੀ ਵੀ ਜਿਹੜੇ ਉਹਨਾਂ ਨੇ ਜਵਾਬ ਦੇਣੇ ਆ, ਜਦੋਂ ਜਵਾਬ ਲੋਕਾਂ 'ਚ ਗਏ ਇਹਨਾਂ ਨੂੰ ਕੋਈ ਗੱਲ ਨਹੀਂ ਸੀ। ਅੱਜ ਤਾਈਂ ਕਿਸੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ, ਮੈਂ ਨਹੀਂ ਆਹਦਾ ਵੀ ਕਿਸੇ ਵਰਕਰ ਪ੍ਰਤੀ ਵੀ ਇੰਨੀ ਮਾੜੀ ਸ਼ਬਦਾਵਲੀ ਵਰਤੀ ਹੋਵੇ ਜਿਹੜੀ ਉਹਨਾਂ ਨੇ ਢੀਂਡਸਾ ਸਾਹਿਬ ਦੀ ਵਰਤੀ। ਗਲੋਬਲ ਪੰਜਾਬ ਦਾ ਪ੍ਰੋਗਰਾਮ 1-to-1 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ ਕੁਝ ਦਿਨਾਂ ਤੋਂ ਲੈ ਕੇ ਮੋਗਾ ਜਿਹੜਾ ਉਹ ਸੁਰਖੀਆਂ ਦੇ ਵਿੱਚ ਹੈ। ਅਕਾਲੀ ਦਲ ਦੇ ਕੁਝ ਆਗੂਆਂ ਨੇ ਵੱਡੇ ਦਾਅਵੇ ਕੀਤੇ ਕਿ ਅਸੀਂ ਜਿਹੜੇ ਅਕਾਲੀ ਆ ਉਹ ਇੱਧਰ ਜਾ ਰਹੇ ਨੇ। ਆਪਣੇ ਨਾਲ ਅੱਜ ਇੱਥੇ ਮੀਟਿੰਗ ਕੀਤੀ, ਵੱਡੇ ਪੱਧਰ 'ਤੇ ਇਕੱਠ ਹੋਇਆ ਅਰੌਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ। ਸਾਡੇ ਨਾਲ ਹਲਕੇ ਦੇ ਸੀਨੀਅਰ ਆਗੂ ਅਤੇ ਨਾਲ ਹੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਜਥੇਦਾਰ ਜੀ, ਪਹਿਲਾਂ ਸਵਾਗਤ ਹੈ ਜੀ ਗਲੋਬਲ ਪੰਜਾਬ ਵੱਲੋਂ ਜੀ। ਮੈਂ ਤਾਂ ਤੁਹਾਡੇ ਧੰਨਵਾਦ ਪਹਿਲਾਂ ਤੁਹਾਡੇ ਚੈਨਲ ਦਾ, ਪਰ ਮੈਂ ਹੈਰਾਨ ਹਾਂ ਤੁਹਾਡੇ ਮੀਡੀਆ 'ਤੇ ਜਿਹਨਾਂ ਨੂੰ ਪਰਖ ਹੀ ਨਹੀਂ ਬੰਦਿਆਂ ਦੀ। ਤੁਸੀਂ ਜੇ ਮੋਗੇ 'ਤੇ ਰਹਿਣ ਵਾਲੇ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੇ ਬੰਦਿਆਂ ਨੇ ਚਾਰਾਂ ਨੇ ਮੀਟਿੰਗ ਕੀਤੀ ਆ, ਉਹਨਾਂ ਨੇ ਕਦੇ ਅਕਾਲੀ ਦਲ ਨੂੰ ਵੋਟਾਂ ਪਾਈਆਂ? ਪੁੱਛੋ ਪਰਯੋਗਕੜ ਅਤੇ ਉਹਨਾਂ ਜਾਣਦਾ ਸਾਨੂੰ ਤਾਂ ਕੋਈ ਨੁਕਸਾਨ ਨਹੀਂ, ਨੁਕਸਾਨ ਤਾਂ ਕਾਂਗਰਸ ਨੂੰ, ਸਾਨੂੰ ਕੱਢ ਤੀ ਕਿਸ ਤਰ੍ਹਾਂ? ਇੱਕ ਤਾਂ ਦੱਸੋ ਕਿ ਜਿਹੜੇ ਚਾਰ ਬੰਦੇ ਉੱਥੇ ਇਕੱਠੇ ਸੀ ਉਹ ਸਹੁੰ ਖਾਣ ਅੱਜ ਤੱਕ ਅਕਾਲੀ ਦਲ ਵੋਟਾਂ ਪਾਈਆਂ ਨੇ? ਜਥੇਦਾਰ ਜੀ, ਇੱਕ ਇਹ ਗੱਲ ਆ ਵੀ ਵੱਡੇ ਜਿਹੜੇ ਦੋਸ ਲਾਏ ਆ ਉਹਨਾਂ ਦੀ ਜਿਹੜੇ ਦਰਸ਼ਕ ਆ ਲੋਕ ਆ ਉਹ ਬੜੇ ਦੋਚਿਤੀ 'ਚ ਪਏ ਵੇ ਆ ਕਿ ਅਸੀਂ ਅਕਾਲੀ ਦਲ ਨੂੰ ਪੰਥਕ ਪਾਰਟੀ ਮੰਨਦੇ ਹਾਂ, ਪਰ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਬਾਦਲ ਸਾਹਿਬ ਨੇ, ਸੁਖਬੀਰ ਸਾਹਿਬ ਨੇ ਜਾਣ ਨਹੀਂ ਦਿੱਤਾ ਧਰਨਿਆਂ ਦੇ ਵਿੱਚ। ਇੱਥੋਂ ਤੱਕ ਕਿ ਸਰਸੇ ਵਾਲਿਆਂ ਦੇ ਪੋਸਟਰਾਂ ਦੀ ਪੁਲਿਸ ਰਾਖੀ ਕਰਦੀ ਸੀ ਅਤੇ ਸਿੱਖਾਂ ਨੂੰ ਕੁੱਟ ਕੁੱਟ ਕੇ ਅੰਦਰ ਦਿੱਤਾ ਜਾਂਦਾ ਸੀ, ਇਹ ਉਹਨਾਂ ਨੇ ਦੋਸ਼ ਲਾਏ। ਇਹਨੂੰ ਤੁਸੀਂ ਕਿੰਨਾ ਕੁ ਮੰਨਦੇ ਆ ਵੀ ਕਿਵੇਂ ਆ ਇਹ ਸੋਚਣਾ? ਤੁਹਾਡੇ ਵਰਗੇ ਲਾਉਂਦੇ ਆ ਜਿਹੜੇ ਕਦਰ ਹੀ ਨਹੀਂ ਕਰਦੇ ਕਿ ਸੱਚੇ ਕੰਮ ਦੀ। ਜੋ ਅਕਾਲੀ ਦਲ ਨੇ ਵਿਕਾਸ ਕੀਤਾ, ਜੋ ਧਰਮ ਦੀ ਗੱਲ ਕੀਤੀ ਫਿਰ ਕੀਤੀ ਆ, ਜੋ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਲਈ ਕੀਤਾ, ਅੱਜ ਗਲਿਆਰਾ ਜਾ ਕੇ ਦੇਖੋ ਉਹ ਕਿਹਨੇ ਬਣਾਇਆ? ਸਰਕਾਰੀ ਗਲਿਆਰੇ ਤੋਂ ਸਫਾਈ ਨਹੀਂ ਹੁੰਦੀ ਉਹਦੀ। ਇਵੇਂ ਜਿਹਾ ਵੱਡਾ ਘੱਲੂਘਰਾ ਕਿਹਨੇ ਬਣਾ ਕੇ ਦਿੱਤਾ? ਛੋਟਾ ਘੱਲੂਘਰਾ ਕਿਹਨੇ ਬਣਾ ਦਿੱਤਾ? ਸਿੱਖ ਵਿਰਾਸਤ ਕਿਹਨੇ ਬਣਾ ਦਿੱਤੀ? ਕਿਹਦਾ ਠੇਕੇਦਾਰੀ ਕਰਦੇ ਆ ਇਹ? ਕਿਹੜੇ ਸਰਸੇ ਵਾਲੇ ਦੇ ਸਰਸੇ ਵਾਲੇ ਕੋਲ ਤਾਂ ਵੋਟਾਂ ਹੀ ਮੰਗਣ ਗਏ ਸੀ? ਕੀ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ? ਅਸੀਂ ਕੋਈ ਕਹਿੰਦੇ ਦੱਸੋ, ਜਿਹੜੀ ਸਰਸੇ ਬਟੇ ਸਰਸਾ ਹਰੇਕ ਗੱਲ ਨੂੰ ਸਰਸਾ ਜੋੜ ਲਿਆ, ਸਾਡਾ ਸਰਸੇ ਨਾਲ ਕੀਤਾ ਹਲਕਾ, ਸਰਸੇ ਨੇ ਸਾਡਾ ਵਿਰੋਧ ਕੀਤਾ, ਕਾਂਗਰਸ ਨੂੰ ਵੋਟਾਂ ਪਾਈਆਂ।
हाँ जी, ये क्योंकि जी मानते हैं क्योंकि सिखां दी नुमाइंदा पार्टी समझी जाती है, इसे लिए वो कहते भी साडा कोई कसूर नहीं सी, असी तां अक के जिहड़ा पार्टियां दे विच उधर जा रहे हैं, सानू उत्थे धक्के नाल बिना कसूर तो ही बादल साहब जाके भांडे मजवाई जाते सी, कहिंदे जदके साडा कसूर नहीं सी, जिन्हां दा कसूर सी उन्हां नूं उलझाना चाहिए सी। इह ना तुहाडे ग्लोबल वालां दी गल बनाई आ, तुहानूं मीडिया नूं सोच के चलना चाहिए। ढींसा किहदे नाल सी? सब तो वड्डा सलाहकार प्रकाश सिंह बाल दा उह सी, उन्होंने मुछता बाल, वो कह सकता है गल पहला उसके ये सवाल तुम करो मेरे तक। कुछ दिन पहला श्रोमणी कमेटी मैंबर जुगराज सिंह दौधर निहाल सिंह वाला दे विच प्रेस कॉन्फ्रेंस करते सी, उन्होंने उत्थे दोष लाए सी, पर अज जो उन्होंने दोषों बारे श्रोमणी कमेटी मैंबर वड्डे चेहरे समझे जाते हैं जथेदार तोता सिंह जी, जदों उन्होंने बारे उन्होंने सवालों तो पूछा गया तो वह पत्रकारों के उत्ते भड़क उठे तो कह लगे कि तुहाडी गल है, जबकि जगराज सिंह जी दोधर उन्होंने सारे जिहड़े हैगे दोष मीडिया दे विच लाए कि सातों धक्के नाल भांडे मजवाए गए, सानू अंदर थाणियां दे विच वड़न नहीं दिता जाता जी, जबकि साडा राज सी साडे वर्करां नू अंदर वाड़ के कुटिया जाता सी, जबकि सरसे वाले दे जिहड़े पोस्टर उन्हां दी राखी की जाती सी, पर जथेदार साहब जी इन्हां गल्लां दे उत्ते जवाब देने की बजाए वधिया तरीके नाल जवाब देने की बजाए भड़क उठे ते विचाले ही छड्ड के जिहड़े तुरदे बने। सिद्धांतक साडी लड़ाई है जिहड़ी, मतलब भी अकाली दल सिद्धांतां तों भट चुक्या, असीं उहनूं सिद्धांतां ते सही सिद्धांतां ते लिआउण लई लड़ाई लड़ रहे हां, ते इस करके ढींसा साहब दा साथ दे रहे हां। कुछ गल्लां जिहड़ियां अकाली दल तों गलतियां होईआं उहनां नूं बजाए सुधारन दे, उहनां नूं पश्चाताप करन दे, उहनां नूं सही सिद्ध करन दी कोशिश कीती जा रही है, जिस कारण असीं ढींसा साहब दा साथ दे रहे हां, ते क्योंकि इह गलतियां नूं सुधारिया जावे, इस लिए ढींसा साहब के नाल खड़े हैं तो उन्होंने नाल ही रहेंगे। किन्ने कु वर्कर जा रहे हैं जिहड़े ढींसा साहब? देखो 18 तरीक का कट सानू दस देगा भी किन्ना क, मतलब अज की प्रेस कॉन्फ्रेंस तो बाद सानू पहला भी फोन आए काफ़ी लोगों के, उस तो बाद भी अज की प्रेस कॉन्फ्रेंस बाद अखबारों जाना होर भी लोगों ने सानू संपर्क करना, इसलिए कट बहुत हो जाना उस 18 तरीक न बलबीर पैलेस के बड़ा हम हम आके लोगों जोश न आने हल्के निहाल कल हल्के नरोल हल्का निहाल सिंह वाले का कट होएगा, यह इस कोई बारला हल्के दे विच कोई लोग शामिल नहीं होंगे, सिर्फ सिर्फ तो सिर्फ निहाल सिंह वाले का ही कट होएगा। अज की प्रेस कॉन्फ्रेंस इस करके है जी क्योंकि श्रोमणी अकाली दल साड़ी बड़ी महान पार्टी है, इहदा बड़ा शाना मता इतिहास है जी, तो ज्यों 1915 तो कुछ गलतियां करन करके लीडरशिप दे पार्टी बहुत अनघार वाल आ रही है, बजाए उन्हों दुरुस्त करन दे ठीक नहीं कीता उन्हों, इस करके जिहड़ा पार्टी का बहुत वड्डा नुकसान हो रहा, असी सारे संजीदा जिन्हें भी वर्कर ने हुण तक अकाली दल लई काम करते रहे, जिस तरह सरदार जरनैल सिंह जी रामा साडे सबका हलका इंचार्ज भी है, 60 साल की इन्हों पार्टी लई देण है, सरदार लाडी साहब उन्हों की 43 साल की है, मेरी 40 साल की है, वो असी जिहड़ा श्रोमणी अकाली दल है सरदार सुखदेव सिंह जी ढींसा का साथ देने लगे, क्योंकि असी चाहते हैं कि श्रोमणी अकाली दल है जिहड़ा उस तरह उन्हां लीहां ते जिन्हां लीहां ते बनिया सी उस तरह का शाना मता इतिहास है जिहड़ा वो दुबारा बहाल होवे। असी सारयां ने रह करके 18 तरीक नूं 18 फरवरी नूं 12 बजे बलवीर पैलस बधनी कलां दे विच जिहड़ी मीटिंग सारे हल्के की बुलाई है, उत्थे सरदार सुखदेव सिंह जी ढींसा आउणगे ते वह भी अपने विचार सारे दसणगे। किनू छड्या तो अभी किसी ने नहीं, अभी तो अकाली दल ठीक कर रहे, अकाली दल तो साड़ी मां पार्टी है जिंद जान है जी, अभी तो अकाली दल जो गिरावट आई है उन्होंने दूर कर रहे हैं छड्या। किन्ना त्रुटियां करके जो ढींसा साहब का साथ देना शुरू किया? एक तो जी 2015 जिहड़ा सरसे वाले माफ़ी दी गई है वो किसी पुछया नहीं दसया नहीं गया जी, वो माफ़ी देना जिथे अकाली दल का नुकसान होया ना जी, उत्थे साढ़े तख्त साहबान का बहुत वड्डा नुकसान होया, इतों तक कि जदों तख्त साहब का जथेदार आउंदा सी ते लोग उठ के खड़े हो जाते हज़ारां की गिणती च, हुण उदों बाद तुहानूं याद होगा भी तख्तां दे जथेदार पता भी लोगों के मन च नफरत हो गई सी, उहदा कारण है जिहड़ा वो साडी पार्टी लई बहुत दुखदाई है। दूजा जिहड़ा उदों अपने कोटकपूरे सिखां नूं कुटिया जी, बहबल कलां गोली चला के सिख शहीद किए, वो दी बजाए कोई गलती मनन दे श्री अकाल तख्त साहब जाके
ਇਸਾ ਤੋਂ ਗਲਤੀ ਹੋ ਗਈ ਆ, ਮਾਫ਼ ਕਰਨਾ, ਸਾਰਾ ਖੁਦਾ ਵੀ ਮਾਫ਼ ਕਰ ਦਿੰਦਾ, ਲੋਕ ਵੀ ਮਾਫ਼ ਕਰ ਦਿੰਦੇ, ਉੱਧਰ ਨੂੰ ਨਹੀਂ ਤੁਰਿਆ ਗਿਆ। ਹੁਣ ਜਿਹੜੀ ਬਾਹਲੀ ਵੱਡੀ ਆਪ ਖੁਦਰੀ, ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਕਿਹਾ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਾਂਗੇ, ਕੋਈ ਕਾਰਨ ਦੱਸੋ ਨੋਟਿਸ ਨਹੀਂ ਜਾਰੀ ਕੀਤਾ, ਕਿਉਂਕਿ ਇਹ ਡਰਦੇ ਸੀ ਵੀ ਜਿਹੜੇ ਉਹਨਾਂ ਨੇ ਜਵਾਬ ਦੇਣੇ ਆ, ਜਦੋਂ ਜਵਾਬ ਲੋਕਾਂ 'ਚ ਗਏ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਆਉਣੀ, ਇਸ ਕਰਕੇ ਉਹਨਾਂ ਨੂੰ ਸੰਗਰੂਰ ਸਾਰੇ ਪੰਜਾਬ 'ਚੋਂ ਬੰਦੇ ਸੱਦ ਕੇ ਅਤੇ ਉੱਥੇ ਉਹਨਾਂ ਨੂੰ ਕਹਿੰਦੇ ਅਸੀਂ ਪਾਰਟੀ 'ਚੋਂ ਕੱਢਤਾ। ਸਭ ਨੂੰ ਜਿਹੜੀ ਮਾੜੀ ਗੱਲ, ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨੇ, ਉਹਨਾਂ ਦਾ ਜਿਹੜਾ ਬੋਲੀ ਦਾ ਲਹਿਜਾ ਉਹ ਬਹੁਤ ਹੀ ਸਾਨੂੰ ਮਾੜਾ ਲੱਗਾ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਇੱਥੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਪਰਿਵਾਰ ਦਾ ਭੋਗ ਪਾਉਣ ਆਏ ਅਤੇ ਉਹਦੀ ਮਾਂ ਅੰਤਮ ਅਰਦਾਸ 'ਤੇ ਆਏ ਹਾਂ। ਪਰਮਾਤਮਾ ਬੜਾ ਬੇਅੰਤ ਆ, ਅੰਤਮ ਅਰਦਾਸ ਪਤਾ ਨਹੀਂ ਕਿਹਦੀ ਹੋਣੀ ਕਿਹਦੀ ਨਹੀਂ, ਇਹ ਵਾਹਿਗੁਰੂ ਦੇ ਹੱਥ ਹੈ, ਲੋਕਾਂ ਦੇ ਹੱਥ ਆ। ਇਹਨਾਂ ਗੱਲਾਂ ਕਰਕੇ ਅਸੀਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ। ਲੇਟ ਨਹੀਂ ਜਿਹੜਾ ਸਮਾਂ, ਕਾਫੀ ਸਮਾਂ ਹੋ ਗਿਆ ਜੀ, ਅੱਜ ਹੀ ਹੋਣੀ ਕਿਉਂ? ਵੇਖੋ ਜੀ, ਲੇਟ ਤਾਂ ਇਉਂ ਆ ਸੀ, ਮੈਂ ਸਾਨੂੰ ਸ਼੍ਰੋਮਣੀ ਕਮੇਟੀ ਵੇਲੇ ਵੀ ਸੱਦਿਆ ਗਿਆ, ਮੈਂ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਫਿਰ ਸਾਨੂੰ 99 ਸਾਲ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮਨਾਇਆ, ਉਦੋਂ ਵੀ ਅਸੀਂ ਅਕਾਲੀ ਦਲ ਦੇ ਸੱਦੇ 'ਤੇ ਇੱਥੇ ਗਏ ਜੀ। ਧਰਨਾ ਲੱਗਾ ਮੋਗੇ, ਤੁਸੀਂ ਸਾਰਿਆਂ ਨੇ ਸਾਨੂੰ ਵੇਖਿਆ ਹੋਵੇਗਾ, ਉੱਥੇ ਵੀ ਅਸੀਂ ਹਾਜ਼ਰ ਸੀ। ਪਰ ਆਹ ਜਿਹੜੀਆਂ ਗੱਲਾਂ ਨੇ ਜੀ, ਇਹ ਬਰਦਾਸ਼ਤ ਤੋਂ ਬਾਹਰ, ਅੱਜ ਤਾਈਂ ਕਿਸੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ, ਮੈਂ ਨਹੀਂ ਆਹਦਾ ਵੀ ਕਿਸੇ ਵਰਕਰਪਤੀ ਵੀ ਇੰਨੀ ਮਾੜੀ ਸ਼ਬਦਾਵਲੀ ਵਰਤੀ ਹੋਊਗੀ ਜਿਹੜੀ ਉਹਨਾਂ ਨੇ ਢੀਂਡਸਾ ਸਾਹਿਬ ਦੀ ਵਰਤੀ। ਇਸ ਕਰਕੇ ਸਾਡਾ ਜਿਹੜਾ ਮਨ ਹੈ, ਅਸੀਂ ਧੌਣ ਉੱਚੀ ਕਰਕੇ ਤੁਰਨਾ ਚਾਹੁੰਦੇ ਹਾਂ, ਜ਼ਮੀਰ ਨਾਲ ਤੁਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਅਕਾਲੀ ਦਲ ਪਹਿਲੀਆਂ ਪੁਰਾਣੀਆਂ ਲੀਹਾਂ 'ਤੇ। ਕੌਣ ਕੌਣ ਸ਼ਾਮਿਲ ਹੋਣਗੇ 18 ਵਾਲੇ ਧਰਨੇ ਜੀ? ਇਹ ਤੁਹਾਨੂੰ ਪਤਾ ਲੱਗ ਜਾਣਾ ਜੀ, ਉੱਥੇ ਤੁਸੀਂ ਹੋਵੋਗੇ, ਤੁਹਾਨੂੰ ਵੀ ਮੇਰੀ ਬੇਨਤੀ ਹੈ ਵੀ ਜ਼ਰੂਰ ਆਇਓ ਸਾਰੇ। ਪਾਰਟੀ ਤੌਰ 'ਤੇ ਇਕੱਲੇ ਢੀਂਡਸਾ ਸਾਹਿਬ ਹੀ? ਪਾਰਟੀ ਤੌਰ 'ਤੇ ਇਕੱਲੇ ਢੀਂਡਸਾ ਸਾਹਿਬ ਹੀ ਹੋਣਗੇ। ਬ੍ਰਹਮਪੁਰਾ ਜਾਂ ਉਹਨਾਂ ਨੂੰ ਕਿਸੇ ਨੂੰ? ਨਹੀਂ ਜੀ, ਉਹਨਾਂ ਦੇ ਆਪਦੇ 21 ਦੀ ਰੈਲੀ ਆ, ਉੱਧਰ ਉਹ ਬੀਜੀ ਨੇ ਅਤੇ ਢੀਂਡਸਾ ਸਾਹਿਬ ਹੀ। ਸੋ ਗਲੋਬਲ ਪੰਜਾਬ ਟੀਵੀ ਲਈ ਮੋਗਾ ਤੋਂ ਚਮਕੌਰ ਲੋਪੋ ਦੀ ਵਿਸ਼ੇਸ਼ ਰਿਪੋਰਟ।